ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਤੇ ਤੁਸੀਂ ਐਗੀਟੇਸ਼ਨ ਫਿਰ ਕਰ ਰਹੇ ਹੋ ਸੜਕਾਂ ਤੇ? ਕਿਸਾਨ ਆਜ਼ਾਦ ਨਹੀਂ ਹੋਇਆ, ਇਹ ਸਰਕਾਰ ਅੰਗਰੇਜ਼ਾਂ ਨਾਲੋਂ ਭੈੜੀ ਸਰਕਾਰ ਆ। ਕਿਸਾਨ ਮਜ਼ਦੂਰ ਕੋਈ ਆਜ਼ਾਦ ਨਹੀਂ ਗਾ, ਸਾਰੇ ਕਿਸਾਨਾਂ ਮਜ਼ਦੂਰਾਂ ਬੁਰਾ ਹਾਲ ਆ। ਹਰੇਕ ਥਾਂ ਕੋਈ ਝੰਡੇ ਚੱਕੀ ਫਿਰਦਾ, ਕੋਈ ਨਾ ਸਰਕਾਰ ਸੁਣਦੀ ਹੈ ਨਾ ਕੋਈ ਅਫਸਰ ਸੁਣਦਾ। ਅਸੀਂ ਕਾਹਦੀ ਖੁਸ਼ੀ ਆਜ਼ਾਦੀ ਮਨਾਈਏ? ਅਸੀਂ ਕੋਈ ਖੁਸ਼ੀ ਕੀ ਰਹਿਣ ਵਾਲਾ? ਅੱਜ ਦਾ ਕੀ ਪ੍ਰੋਗਰਾਮ ਸਟਾਰਟ ਹੋਇਆ, ਕਿੱਦ ਤੱਕ ਕਰੋਗੇ ਤੁਸੀਂ, ਕੀ ਕਰ ਰਹੇ ਹੋ? ਅੱਜ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਆ ਉਹਦੀਆਂ ਕਾਪੀਆਂ ਸਾੜਨੀਆਂ ਇੱਥੇ ਅਸੀਂ ਕਿਸਾਨ, ਉਹ ਕਾਨੂੰਨਾਂ ਦੇ ਵਿਰੋਧ 'ਚ ਉਹਦੀਆਂ ਕਾਪੀਆਂ ਸਾੜ ਕੇ ਅਸੀਂ ਆਪਦਾ। ਕਿਸਾਨ ਨੇ ਗੁੱਸੇ ਦੇ ਵਿੱਚ ਨੇ, ਅੱਗੇ ਵੀ ਦੇਖੋ ਕਿ ਕਾਫੀ ਲੰਬੀ ਲਾਈਨ ਆ ਕਿਸਾਨਾਂ ਦੀ, ਔਰ ਕਿਸਾਨ ਨੇ ਜਿਹੜੇ ਐਗੀਟੇਸ਼ਨ ਕਰ ਰਹੇ ਨੇ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਉਹ ਕਿਸਾਨ ਸਾੜ ਰਹੇ ਨੇ। ਟਰੈਕਟਰ ਅੱਗੇ ਵੀ ਦੇਖੋ, ਜਿੱਥੋਂ ਤੱਕ ਵੀ ਤੁਹਾਨੂੰ ਨਜ਼ਰ ਜਾ ਰਹੀ ਹੈ ਕੈਮਰੇ ਦੀ, ਸਿਰਫ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ। ਉਹ ਟਰੈਕਟਰਾਂ ਦੇ ਨਾਲ ਰੋਸ ਮਾਰਚ ਹੈ ਕੱਢਦੇ ਨਜ਼ਰ ਆ ਰਹੇ ਨੇ। ਇੱਕ ਪਾਸੇ ਬਜ਼ੁਰਗ ਨੇ, ਇਹ ਵੀ ਕਾਫੀ ਉਤਸ਼ਾਹ 'ਚ ਨਜ਼ਰ ਆ ਰਹੇ ਨੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਮੰਗਾਂ ਮੰਨ ਲਈਆਂ ਕਿਸਾਨਾਂ ਦੀਆਂ, ਪਰ ਸੜਕਾਂ 'ਤੇ ਫਿਰ ਵੀ ਕਿਉਂ ਕਿਸਾਨ? ਇਹ ਸਾਡੀ ਕੋਈ ਮੰਗ ਨਹੀਂ ਮੰਨੀ ਜੀ, ਸਿਰਫ ਇਹ ਸਾਨੂੰ ਇਹ ਲਾਰੇ ਲਾਉਂਦੇ ਆ। ਅਸੀਂ ਦਿੱਲੀੋਂ ਆਏ ਹਾਂ, ਜੋ ਪਹਿਲਾਂ ਉਦੋਂ ਕਹਿੰਦੇ 3 ਕਾਨੂੰਨ ਰੱਦ ਕਰਤੇ ਉਹਨਾਂ ਨੂੰ ਕਿਸੇ ਵਿੰਗੇ ਟੇਢੇ ਨਾਲ, ਹੁਣ ਤੁਸੀਂ ਦੇਖੋ ਵੀ ਨਵੇਂ ਕਾਨੂੰਨ ਬਣਾਈ ਜਾਂਦੇ ਆ, ਲੋਕਾਂ ਨੂੰ ਉਲਝਾਉਂਦੇ ਆ। ਇਹ ਬੰਦੇ ਨੂੰ ਫੜ ਲਓ, 90 ਦਿਨ ਬੰਦੇ ਨੂੰ ਛੱਡਦੇ ਨਹੀਂ, 90 ਦਿਨਾਂ ਤੋਂ ਬਾਅਦ ਦੁਬਾਰੇ ਫੇਰ ਉਹਦੇ ਕੋਈ ਬੰਦਾ ਕੋਈ ਬਲੇਮ ਨਹੀਂ ਕਰ ਸਕਦਾ ਇਹਨਾਂ 'ਤੇ, ਜਿਹਨੂੰ ਮਰਜ਼ੀ ਘਰੋਂ ਚੱਕ ਸਕਦੇ ਆ। ਇਹ ਸਿਰਫ ਇਹਨਾਂ ਨੂੰ ਆਇਆ ਵੀ ਅਸੀਂ ਲੀਡਰਾਂ 'ਤੇ ਇਹੋ ਜਿਹੇ ਕੇਸ ਪਾ ਕੇ ਇਹਨਾਂ ਨੂੰ ਚੁੱਪ ਕਰਾ ਲਾਂਗੇ, ਪਰ ਅਸੀਂ ਆਪਦਾ ਹੱਕ ਲਏ ਬਿਨਾਂ ਅਸੀਂ ਚੁੱਪ ਨਹੀਂ ਕਰਦੇ। ਬਿਲਕੁਲ, ਕਿਸਾਨ ਨੇ ਗੁੱਸੇ ਦੇ ਵਿੱਚ ਨੇ। ਅੱਗੇ ਤੱਕ ਵੀ ਦੇਖੋ ਕਿ ਚਾਹੇ ਉਹ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ, ਟਰੈਕਟਰਾਂ ਦੇ ਉੱਪਰ ਨਜ਼ਰ ਆ ਰਹੇ ਨੇ, ਕਿਉਂਕਿ ਇੱਕ ਪਾਸੇ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ, ਪਰ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਕਰ ਦਿੰਦੀਆਂ ਨੇ ਕਿ ਆਖਿਰਕਾਰ ਕਿਸਾਨਾਂ ਦੇ ਹਾਲ ਕੀ ਨੇ, ਕਿਸਾਨ ਚਾਹੁੰਦੇ ਕੀ ਨੇ। ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ, ਸਰਕਾਰ ਦੇ ਖਿਲਾਫ਼ ਐਗੀਟੇਸ਼ਨ ਕੀਤਾ, ਔਰ ਕਾਫੀ ਵੱਡਾ ਟਰੈਕਟਰ ਮਾਰਚ ਹੈ, ਕਾਫੀ ਵੱਡਾ ਕਾਫਲਾ ਹੈ ਕਿਸਾਨਾਂ ਦਾ। ਇੱਧਰ ਵੀ ਦੇਖੋ, ਇਸ ਪਾਸੇ ਵੀ ਕਾਫਲਾ ਹੈ ਜਿਹੜਾ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ, ਔਰ ਕਿਸਾਨ ਇਹੀ ਕਹਿ ਰਹੇ ਹੈ ਕਿ ਖੇਤੀ ਕਾਨੂੰਨ ਹੈ ਜਿਹੜੇ ਉਹ ਪੂਰਨ ਤੌਰ 'ਤੇ ਰੱਦ ਨਹੀਂ ਹੋਏ। ਆਪਾਂ ਗੱਲਬਾਤ ਕਿਸਾਨ ਆਗੂਆਂ ਨਾਲ ਕਰਦੇ ਹਾਂ। ਬਾਈ ਜੀ, ਰਹਿ ਕੀ ਗਿਆ ਹੁਣ, ਸਰਕਾਰ ਕਹਿੰਦੀ ਕਾਨੂੰਨ ਤਾਂ ਅਸੀਂ ਰੱਦ ਕਰਦੇ ਹੈਗੇ? ਦੇਖੋ, ਜੇ ਕਾਨੂੰਨ ਸਰਕਾਰ ਨੇ ਰੱਦ ਕਰੇ ਹੁੰਦੇ ਤਾਂ ਐਡਾ ਵੱਡਾ ਹੜ੍ਹ ਟਰੈਕਟਰਾਂ ਦਾ ਨਹੀਂ ਆਉਣਾ ਸੀ, ਕਿਉਂਕਿ ਅੱਜ 15 ਅਗਸਤ ਆ, 15 ਅਗਸਤ ਨੂੰ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ, ਪਰ ਅਸੀਂ ਗੁਲਾਮ ਹਾਂ, ਗੁਲਾਮਾਂ ਵਾਲੀ ਜ਼ਿੰਦਗੀ ਜੀਣ ਲਈ ਇਹ ਕਾਰਪੋਰੇਟ ਘਰਾਣਿਆਂ ਨੇ, ਇਹ ਮੋਦੀ ਸਰਕਾਰ ਨੇ ਮਜਬੂਰ ਕੀਤਾ ਹੋਇਆ। ਜਿਹੜੇ ਗੱਲ ਕਰੀ ਆ ਕਾਨੂੰਨਾਂ ਦੀ, ਕਾਨੂੰਨ ਟੇਢੇ ਵਿੰਗੇ ਢੰਗ ਨਾਲ ਪਮਾ ਰੱਦ ਕਰਤੇ, ਪਰ ਟੇਢੇ ਪਾਸੇ ਕੰਨ ਕੱਢ ਕੇ ਫਿਰ ਇਹ ਲਾਗੂ ਕਰਨ ਜਾ ਰਹੇ ਨੇ, ਜਿਹੜੇ ਅਸੀਂ ਕਿਸੇ ਵੀ ਕੀਮਤੇ ਕਾਨੂੰਨ ਜਿਹੜੇ ਲਾਗੂ ਨਹੀਂ ਹੋਣ ਦੇਵਾਂਗੇ। ਬਿਲਕੁਲ, ਗੁੱਸੇ 'ਚ ਨੇ ਕਿਸਾਨ, ਕਹਿ ਰਹੇ ਕਿ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੇ, ਤਾਂ ਕਰਕੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਉੱਥੇ ਦੂਸਰੇ ਪਾਸੇ ਕਿਸਾਨ ਨੇ ਜਿਹੜੇ ਦੁਬਾਰਾ ਤੋਂ ਸੜਕਾਂ ਦੇ ਉੱਪਰ ਨਜ਼ਰ ਆ ਰਹੇ ਨੇ।